ਹਾਂਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇੱਕ ਹੋਰ ਨਵੀਂ ਤਾਜ਼ਾ ਜਾਣਕਾਰੀ ਵਾਲੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਹੁਣੇ-ਹੁਣੇ ਜਿਹੜੀ ਕਰੋਨਾ ਸੰਕਟ ਦੇ ਕਾਰਨ ਸੈਂਟਰ ਸਰਕਾਰ ਦਾ ਮੋਦੀ ਸਰਕਾਰ ਦਾ ਫੈਸਲਾ ਆ ਗਿਆ ਜੀ 2 ਹਫ਼ਤਿਆਂ ਦੇ ਲਈ ਲਾਕਡਾਊਨ ਵਾਦਾ ਦਿੱਤਾ ਗਿਆ ਜੀ 17 ਮਈ ਤੱਕ ਹੁਣ ਤੀਜਾ ਪੜਾ ਹੋਵੇਗਾ ਜੀ ਲਾਕਡਾਊਨ ਦਾ ਸੋ ਦੇਸ਼ ਦੇ ਵਿੱਚ ਕਰੋਨਾ ਸੰਕਟ ਨੂੰ ਟਾਲਣ ਦੇ ਲਈ ਲਾਕਡਾਊਨ ਦਾ ਦੂਜਾ ਪੜਾ ਲਾਗੂ ਜੋ ਕਿ 3 ਮਈ ਨੂੰ ਖਤਮ ਹੋ ਜਾਵੇਗਾ ਉੱਥੇ ਹੀ ਇਸ ਦੌਰਾਨ ਖਬਰ ਆ ਰਹੀ ਹੈ ਕਿ ਲਾਕਡਾਊਨ ਨੂੰ 2 ਹਫ਼ਤਿਆਂ ਦੇ ਲਈ ਵਧਾ ਦਿੱਤਾ ਗਿਆ ਹੈ ਜੀ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਕਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖ ਕੇ ਦੇਸ਼ ਦੇ ਵਿੱਚ ਲਾਕਡਾਊਨ ਵਧਾਇਆ ਜਾ ਰਿਹਾ ਹੈ ਹੁਣ ਤੀਜਾ ਪੜਾ 4 ਮਈ ਤੋਂ 17 ਮਈ ਦੇ ਤੱਕ ਲਾਗੂ ਰਹੇਗਾ ਜੀ ਸੋ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਆ ਰਹੀ ਆ ਸੋ ਤੁਹਾਨੂੰ ਦੱਸਿਆ ਜਿੱਦਾਂ ਕਿ ਹੁਣ 2 ਹਫਤਿਆਂ ਦੇ ਲਈ ਜਾਨੀ ਕਿ 17 ਮਈ ਦੇ ਤੱਕ ਦੇਸ਼ ਦੇ ਵਿੱਚ ਲੋਕਡਾਊਨ ਵਧਾ ਦਿੱਤਾ ਗਿਆ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲਾ ਬਟਨ ਵੀ ਨਾ按ਦੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਸੋ ਰੈੱਡ ਜ਼ੋਨ ਵਾਲੇ ਜਿਹੜੇ ਲੋਕਡਾਊਨ ਦੇ ਇਲਾਕੇ ਨੇ ਉਹਨਾਂ ਦੇ ਵਿੱਚ ਕੋਈ ਰਾਹਤ ਨਹੀਂ ਮਿਲੇਗੀ ਔਰ ਰੇਲਵੇ ਹਵਾਈ ਸੇਵਾ ਮੈਟਰੋ ਸੇਵਾ ਵੀ ਬੰਦ ਰਹੇਗੀ ਜੀ ਸਕੂਲ ਕਾਲਜ ਮਾਲ ਜਿੰਮ ਹੋਟਲ ਸਭ ਕੁਝ ਬੰਦ ਰਹੇਗਾ ਜੀ ਇਸ ਤੋਂ ਇਲਾਵਾ ਸਾਰੇ ਧਾਰਮਿਕ ਸਥਾਨ ਵੀ ਬੰਦ ਰਹਿਣਗੇ ਤੇ ਸਰਕਾਰ ਨੇ ਜਿਹੜਾ ਇਹ ਆਦੇਸ਼ ਆ ਉਹ ਜਾਰੀ ਕਰ ਦਿੱਤਾ ਹੈ ਜੀ ਤੇ ਜਿਹੜੇ ਗ੍ਰੀਨ ਤੇ ਔਰੇਂਜ ਜ਼ੋਨ ਆ ਜੀ ਉਹਨਾਂ ਨੂੰ ਰਾਹਤ ਮਿਲੇਗੀ ਤੇ ਰੈੱਡ ਜ਼ੋਨ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਰਾਹਤ ਨਹੀਂ ਮਿਲੇਗੀ ਸੋ ਜਿਹੜੇ ਔਰੇਂਜ ਜ਼ੋਨ ਆ ਜੀ ਉਹਨਾਂ ਨੂੰ ਥੋੜੀ-ਥੋੜੀ ਰਾਹਤ ਮਿਲੇਗੀ ਤੇ ਗ੍ਰੀਨ ਜ਼ੋਨ ਜਿੱਥੇ 21 ਦਿਨਾਂ ਤੱਕ ਕੋਈ ਵੀ ਕੇਸ ਨਹੀਂ ਆਏਗਾ ਜੀ ਕਰੋਨਾ ਪੋਜ਼ਿਟਿਵ ਉਸ ਨੂੰ ਗ੍ਰੀਨ ਜ਼ੋਨ ਦੇ ਵਿੱਚ ਗਿਣਿਆ ਜਾਏਗਾ ਜੀ ਉੱਥੇ 50% ਦੀ ਬੱਸਾਂ ਚਲਾਉਂਦਾ ਵੀ ਐਲਾਨ ਕੀਤਾ ਗਿਆ ਹੈ ਜੀ ਤੇ ਥੋੜੀ ਢਿੱਲ ਜਿਹੜੀ ਕਰਫਿਊ ਦੇ ਵਿੱਚ ਵੀ ਲਾਕਡਾਊਨ ਦੇ ਵਿੱਚ ਦੁਕਾਨਾਂ ਖੁੱਲਣ ਦੀ ਅਤੇ ਹੋਰ ਕਈ ਪ੍ਰਕਾਰ ਦੀਆਂ ਢਿੱਲਾਂ ਸਿਰਫ ਗ੍ਰੀਨ ਜ਼ੋਨ ਨੂੰ ਸੂਬਿਆਂ ਦੇ ਮੁੱਖ ਮੰਤਰੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਹੀ ਹਦਾਇਤ ਕਰਨਗੇ ਸੋ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ 2 ਹਫ਼ਤਿਆਂ ਦੇ ਲਈ ਦੇਸ਼ ਦੇ ਵਿੱਚ ਜਿਹੜਾ ਲਾਕਡਾਊਨ ਵਧਾ ਦਿੱਤਾ ਗਿਆ ਜਿਵੇਂ ਤੁਹਾਨੂੰ ਪਤਾ ਹੀ ਹੈ ਜੀ ਸੂਬੇ ਦੇ ਵਿੱਚ ਜਾਨੀ ਕਿ ਪੰਜਾਬ ਦੇ ਵਿੱਚ ਕੈਪਟਨ ਨੇ ਕਰਫਿਊ ਆ ਜਿਹੜਾ ਉਹ ਪਹਿਲਾਂ ਹੀ ਵਧਾ ਦਿੱਤਾ ਸੀ ਹੁਣ ਸੈਂਟਰ ਸਰਕਾਰ ਨੇ ਵੀ ਪੂਰੇ ਦੇਸ਼ ਦੇ ਵਿੱਚ ਲਾਕਡਾਊਨ ਵਧਾ ਦਿੱਤਾ ਜੀ ਇਸ ਖਬਰ ਤੇ ਤੁਹਾਡਾ ਕੀ ਸਪਸ਼ਟੀਕਰਨ ਹੈ ਤੁਹਾਡੀ ਕੀ ਰਾਇ ਤੁਹਾਡੀ ਕੀ ਟਿੱਪਣੀ ਹੈ ਜੀ ਆਪਣੇ ਕੀਮਤੀ ਤੇ ਸੋਹਣੇ ਸੋਹਣੇ ਵਿਚਾਰ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਲਿਖਿਓ ਜੀ ਤਾਂ ਜੋ ਤੁਹਾਡੇ ਬਾਰੇ ਵੀ ਤੁਹਾਡੀ ਟਿੱਪਣੀ ਦੇ ਬਾਰੇ ਵੀ ਸਾਰੇ ਸਰੋਤਿਆਂ ਨੂੰ ਪਤਾ ਲੱਗ ਸਕੇ ਸੋ ਇਸ ਵੇਲੇ ਦੀ ਵੱਡੀ ਖਬਰ ਅਸੀਂ ਤੁਹਾਡੇ ਨਾਲ ਜਿਹੜੀ ਸ਼ੇਅਰ ਕਰ ਰਹੇ ਹਾਂ ਲਾਕਡਾਊਨ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਬੇਲੀਆਂ ਦੇ ਨਾਲ ਸ਼ੇਅਰ ਕਰੋ ਤਾਂ ਜੋ ਉਹਨਾਂ ਨੂੰ ਵੀ ਪਤਾ ਲੱਗ ਸਕੇ ਸੂਬੇ ਦੇ ਤਾਜ਼ਾ ਹਾਲਾਤਾਂ ਦਾ ਦੇਸ਼ ਦੇ ਤਾਜ਼ਾ ਹਾਲਾਤਾਂ ਦਾ ਸੋ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਦੇ ਲਈ